ਅੱਜ ਦੇ ਟਾਈਮ ਦੇ ਵਿੱਚ ਅਗਰ ਕੋਈ ਵੀ ਸਟੂਡੈਂਟ ਕਿਸੇ ਵੀ ਕੰਟਰੀ ਵਿੱਚ ਮੂਵ ਹੋਣਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਉਹਦਾ ਜੋ ਮੇਨ ਮਕਸਦ ਹੁੰਦਾ ਹੈ ਵੀ ਕਾਫੀ ਜੋ ਕੰਸਲਟੈਂਟ ਜਾਂ ਏਜੰਟ ਉਹਦੇ ਲਾਗੇ ਛਾਗੇ ਹੋਣਗੇ, ਉਹਨਾਂ ਤੋਂ ਇਨਫੋਰਮੇਸ਼ਨ ਲੈਣੀ ਵੀ ਕਿਹੜੀ ਕੰਟਰੀ ਉਹਨਾਂ ਵਾਸਤੇ ਬੈਸਟ ਹੈ। ਕੋਈ ਕੰਸਲਟੈਂਟ ਕਹੇਗਾ ਵੀ ਤੁਸੀਂ UK ਜਾਓ, ਕੋਈ ਕਹੇਗਾ ਤੁਸੀਂ ਸਾਈਪ੍ਰਸ ਜਾਓ, ਤੁਹਾਡੇ ਵਾਸਤੇ ਬੈਸਟ ਕੰਟਰੀ ਹੈ, ਕੋਈ ਕਹੇਗਾ ਤੁਸੀਂ ਕੈਨੇਡਾ ਜਾਓ, ਕੋਈ ਕਹੇਗਾ ਤੁਸੀਂ USA ਜਾਓ। ਇਹਦੇ ਵਿੱਚ ਕੀ ਬੈਨੀਫਿਟ ਨੇ, ਉਹ ਏਜੰਟ ਜਾਂ ਕੰਸਲਟੈਂਟ ਨੂੰ ਕਿੰਨੀ ਕੁ ਕਮਿਸ਼ਨ ਮਿਲਦੀ ਹੈ ਉਹਨਾਂ ਵਿੱਚ, ਜਿਹਦੇ ਕਰਕੇ ਤੁਹਾਨੂੰ ਉਹ ਗਲਤ ਕੰਟਰੀ ਉਹ ਪ੍ਰੈਫਰ ਕਰਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਜੋ ਜ਼ਮਾਨਾ ਹੈ, ਤੁਹਾਨੂੰ ਸੋਸ਼ਲ ਮੀਡੀਆ ਤੋਂ ਪਤਾ ਚੱਲ ਜਾਏਗਾ ਵੀ ਕੈਨੇਡਾ ਦੇ ਕੀ ਹਾਲਾਤ ਨੇ, UK ਦੇ ਕੀ ਹਾਲਾਤ ਨੇ, ਕਿਸੇ ਅਨਦਰ ਕੰਟਰੀ ਦੇ ਕੀ ਹਾਲਾਤ ਨੇ, ਅਤੇ ਤੁਹਾਨੂੰ ਮੂਵ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਚਲੋ ਇਹ ਤਾਂ ਗੱਲਬਾਤ ਦੀ ਹੈ, ਬੜਾ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਵੀ ਇਹਦੇ ਵਿੱਚ ਏਜੰਟ ਜਾਂ ਕੰਸਲਟੈਂਟ ਨੂੰ ਕਿੰਨੀ ਕੁ ਕਾਲਜ ਦੀ ਸਾਈਡ ਤੋਂ ਜੋ ਤੁਹਾਡੀ ਜੋ ਫਾਈਲ ਸਬਮਿਟ ਕਰਵਾਉਣ ਦੀ, ਵੀਜ਼ਾ ਲਵਾਉਣ ਦੀ, ਉਹਨਾਂ ਦੀ ਜੋ ਕਾਲਜ ਦੀ ਜੋ ਫੀਸ ਹੈ ਉਹ ਸਬਮਿਟ ਕਰਵਾਉਣ ਦੀ ਕਿੰਨੀ ਕੁ ਕਮਿਸ਼ਨ ਆਉਂਦੀ ਹੈ। ਜੇ ਤੁਸੀਂ UK ਦਾ ਵੀਜ਼ਾ ਅਪਲਾਈ ਕਰਦੇ ਹੋ, ਜੇ ਤੁਸੀਂ ਪੈਕੇਜ ਕਰ ਰਹੇ ਹੋ ਉਹਦਾ ਡਿਫਰੈਂਟ ਹੈ, ਉਹ ਤੁਹਾਡੇ 'ਤੇ ਡਿਪੈਂਡ ਹੈ ਤੁਸੀਂ ਕਿੰਨੇ ਵਿੱਚ ਪੈਕੇਜ ਕੀਤਾ। ਬਟ ਜੇ ਤੁਸੀਂ ਸਟੈਪ ਬਾਈ ਸਟੈਪ ਤੁਸੀਂ ਆਪਣੀ ਪੇਮੈਂਟ ਕਰਦੇ ਹੋ, ਉਹਦੇ ਵਿੱਚ ਤਕਰੀਬਨ 1 ਲੱਖ ਤੋਂ 1.25 ਲੱਖ ਰੁਪਈਆ, 1.5 ਲੱਖ ਰੁਪਈਆ ਕਾਲਜ ਨੇ ਜੋ ਕਮਿਸ਼ਨ ਦਿੰਦੇ ਨੇ ਜਿਹਦੇ ਉੱਤੇ ਥਰੂ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਉਹਦੋਂ ਬਾਅਦ ਆਪਾਂ ਗੱਲ ਕਰਾਂਗੇ ਕੈਨੇਡਾ। ਕੈਨੇਡਾ ਵਿੱਚ ਲਾਸਟ ਈਅਰ ਤੱਕ ਜੋ ਪ੍ਰਾਈਵੇਟ ਕਾਲਜ ਨੂੰ ਕਾਫੀ ਸਾਰੇ ਕੰਸਲਟੈਂਟ ਤਕਰੀਬਨ 99% ਕੰਸਲਟੈਂਟ ਪ੍ਰੈਫਰ ਕਰਦੇ ਸਨ, ਉਹਦਾ ਜੋ ਸਭ ਤੋਂ ਜੋ ਮੇਨ ਰੀਜ਼ਨ ਸੀ ਵੀ ਜੋ ਪ੍ਰਾਈਵੇਟ ਕਾਲਜ ਸਨ ਉਹ ਬਹੁਤ ਮੋਟੀ ਕਮਿਸ਼ਨ ਦਿੰਦੇ ਸਨ, ਜਿਹਦੇ ਵਿੱਚ ਆਪਾਂ ਗੱਲ ਕਰੀਏ 2.5 ਤੋਂ 3 ਲੱਖ ਰੁਪਈਆ, 3 ਤੋਂ 4 ਲੱਖ ਰੁਪਈਆ ਤੱਕ ਕਮਿਸ਼ਨ ਆਉਂਦੀ ਸੀ। ਇਸ ਕਰਕੇ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਸੀ ਵੀ ਪ੍ਰੋਪਰਲੀ 99% ਜੋ ਕੰਸਲਟੈਂਟ ਜਾਂ ਏਜੰਟਸ ਨੇ ਉਹ ਪ੍ਰਾਈਵੇਟ ਕਾਲਜ ਨੂੰ ਪ੍ਰੈਫਰ ਕਰਦੇ ਸਨ ਕੈਨੇਡਾ ਵਾਸਤੇ। ਬਟ ਜਿਵੇਂ ਜਿਵੇਂ ਟਾਈਮ ਲੰਘਿਆ, ਸਾਰਿਆਂ ਨੂੰ ਪਤਾ ਚੱਲਿਆ ਕਿ ਕੈਨੇਡਾ ਗੌਰਮੈਂਟ ਵੀ ਜੋ ਰੂਲ ਹੈ ਉਹ ਆਪਾਂ ਕਹਿ ਸਕਦੇ ਹਾਂ ਦਿਨ ਬਰ ਦਿਨ ਸਖਤ ਕਰਨ ਜਾ ਰਹੀ ਹੈ। ਹੁਣ ਜੋ ਜ਼ਿਆਦਾਤਰ ਜੋ ਸਟੂਡੈਂਟ ਨੇ ਉਹ ਗੌਰਮੈਂਟ ਕਾਲਜ ਨੂੰ ਜੋ ਪ੍ਰੈਫਰ ਕਰਦੇ ਨੇ, ਇਹਦੇ ਵਿੱਚ ਵੀ ਜੋ ਕਮਿਸ਼ਨ ਆਉਂਦੀ ਹੈ ਉਹ ਤਕਰੀਬਨ 1 ਲੱਖ ਤੋਂ 1.25 ਲੱਖ, 1.5 ਲੱਖ ਰੁਪਈਆ ਕਮਿਸ਼ਨ ਹਰ ਕੰਸਲਟੈਂਟ ਜਾਂ ਏਜੰਟ ਨੂੰ ਆਉਂਦੀ ਹੈ ਪਰ ਸਟੂਡੈਂਟ ਦੇ ਹਿਸਾਬ ਨਾਲ। ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਇੱਕ ਸਟੂਡੈਂਟ ਦੇ ਬੇਸ 'ਤੇ ਉਹਨਾਂ ਨੂੰ ਤਕਰੀਬਨ 1 ਲੱਖ+ 1 ਲੱਖ ਰੁਪਈਆ ਉਹਨਾਂ ਦੇ ਅਕਾਊਂਟ ਵਿੱਚ ਕਮਿਸ਼ਨ ਆਉਂਦੀ ਹੈ, ਭਾਵੇਂ ਉਹ ਕਮਿਸ਼ਨ ਬਾਅਦ ਵਿੱਚ ਆਉਂਦੀ ਹੈ ਆਫਟਰ 3 ਤੋਂ 4 ਮੰਥ, ਬਟ ਉਹ ਮਿਲਣ ਨੂੰ ਆਉਂਦੀ ਹੈ। ਪਲੱਸ ਤੁਹਾਡੇ ਤੋਂ ਉਹ ਫਾਈਲ ਪ੍ਰੋਸੈਸਿੰਗ ਫੀਸ ਚਾਰਜ ਕਰਦੇ ਨੇ, ਉਹ ਡਿਪੈਂਡ ਕਰਦਾ ਹੈ ਹਰ ਇੱਕ ਕੰਸਲਟੈਂਟ ਦੇ ਵੀ ਉਹ ਤੁਹਾਡੇ ਤੋਂ ਕਿੰਨੀ ਫਾਈਲ ਪ੍ਰੋਸੈਸਿੰਗ ਫੀਸ ਤੁਹਾਡੇ ਤੋਂ ਚਾਰਜ ਕਰ ਰਹੇ ਨੇ। ਨੰਬਰ 3 ਤੇ ਆਪਾਂ ਗੱਲ ਕਰਾਂਗੇ ਸਾਈਪ੍ਰਸ। ਸਾਈਪ੍ਰਸ ਇੱਕ ਐਸੀ ਕੰਟਰੀ ਹੈ ਜੋ 99% ਕੰਸਲਟੈਂਟ ਇਹ ਕਹਿ ਕੇ ਉੱਥੇ ਮੂਵ ਕਰਵਾਉਂਦੇ ਨੇ ਵੀ ਤੁਸੀਂ ਸਾਈਪ੍ਰਸ ਜਾਓ, ਸਾਈਪ੍ਰਸ ਤੋਂ ਅਨਦਰ ਕੰਟਰੀ ਵਿੱਚ ਤੁਸੀਂ ਮੂਵ ਹੋ ਸਕਦੇ ਹੋ, 100% ਤੁਸੀਂ ਮੂਵ ਹੋ ਸਕਦੇ ਹੋ। ਇਹ ਗੱਲ ਬਿਲਕੁਲ ਗਲਤ ਹੈ, ਕਿਉਂਕਿ ਸਾਈਪ੍ਰਸ ਵਿੱਚ ਜਦੋਂ ਤੁਸੀਂ ਜਾਂਦੇ ਹੋ, ਜੇ ਤੁਸੀਂ ਕਿਸੇ ਵੀ ਕੰਸਲਟੈਂਟ ਦੇ ਥਰੂ ਜਾਂਦੇ ਹੋ, ਉਹਨੂੰ ਜੋ ਕਮਿਸ਼ਨ ਆਉਂਦੀ ਹੈ ਤਕਰੀਬਨ 50 ਤੋਂ 60 ਹਜ਼ਾਰ ਰੁਪਈਆ, 70 ਹਜ਼ਾਰ ਰੁਪਈਆ, 80 ਹਜ਼ਾਰ ਰੁਪਈਆ, ਡਿਪੈਂਡ ਕਰਦਾ ਹੈ ਕਾਲਜ ਬਾਈ ਕਾਲਜ। ਇਹ ਜੋ ਮੇਨ ਰੀਜ਼ਨ ਹੈ ਸਾਈਪ੍ਰਸ ਵਿੱਚ ਤੁਹਾਨੂੰ ਮੂਵ ਕਰਨ ਦਾ, ਸਾਈਪ੍ਰਸ ਵਿੱਚ ਜੋ ਹਾਲਾਤ ਨੇ ਉਹ ਇੰਨੇ ਵਧੀਆ ਨਹੀਂ ਨੇ, ਜੋਬਸ ਅਵੇਲੇਬਲ ਨਹੀਂ ਨੇ, ਉੱਥੇ ਜੋ ਆਪਣੀ ਜੋ ਐਕਸਪੈਂਸਿਸ ਨੇ ਉਹ ਵੀ ਕਰਨੇ ਬਹੁਤ ਮੁਸ਼ਕਲ ਨੇ। ਇਸੇ ਕਰਕੇ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਕਿਸੇ ਕੰਟਰੀ ਵਿੱਚ ਵੀ ਮੂਵ ਹੋਣ ਵਾਸਤੇ। ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ USA ਜਾ ਸਕਦੇ ਹੋ, USA ਦੀ ਜੇ ਤੁਹਾਨੂੰ ਐਕਸਟਰਾ ਪੇ ਵੀ ਕਰਨੇ ਪੈ ਰਹੇ ਨੇ, USA ਜੋ ਇਨਕਮ ਹੈ ਕਾਫੀ ਵਧੀਆ ਹੈ। ਤੁਸੀਂ ਆਸਟ੍ਰੇਲੀਆ ਪ੍ਰੈਫਰ ਕਰ ਸਕਦੇ ਹੋ, ਆਸਟ੍ਰੇਲੀਆ ਵਿੱਚ ਜੇ ਤੁਸੀਂ ਡਬਲ ਪੇਮੈਂਟ ਵੀ ਕਰਦੇ ਹੋ ਤਾਂ ਤੁਸੀਂ ਉਹ ਵੀ ਆਪਣਾ ਕਮਾ ਸਕਦੇ ਹੋ। ਬਟ ਜੇ ਤੁਸੀਂ ਕੈਨੇਡਾ, UK, ਸਾਈਪ੍ਰਸ ਇਹਨਾਂ ਕੰਟਰੀਆਂ ਨੂੰ ਤੁਸੀਂ ਪ੍ਰੈਫਰ ਕਰਦੇ ਹੋ, ਉੱਥੇ ਜਾ ਕੇ ਤੁਹਾਨੂੰ ਐਕਸਪੈਂਸਿਸ, ਉੱਥੇ ਤੁਹਾਡੀ ਕਾਲਜ ਦੀ ਫੀਸ ਉਹ ਵੀ ਕਰਨੀ ਬਹੁਤ ਮੁਸ਼ਕਿਲ ਹੈ। ਅੱਜ ਦੇ ਟਾਈਮ ਦੇ ਵਿੱਚ ਕੰਸਲਟੈਂਟ ਆਪਣੀ ਫੀਸ ਨਾਲ ਮਤਲਬ ਰੱਖਦੇ ਨੇ ਵੀ ਉਹਨਾਂ ਨੂੰ 1 ਲੱਖ ਰੁਪਈਆ ਆ ਰਹੇ ਨੇ, ਵੀ ਉਹਨਾਂ ਨੂੰ ਸਟੂਡੈਂਟ ਨਾਲ ਕੋਈ ਮਤਲਬ ਨਹੀਂ ਵੀ ਤੁਸੀਂ ਕਿੱਥੇ ਜਾ ਰਹੇ ਹੋ, ਕਿੱਦਾਂ ਤੁਹਾਡੇ ਜੋ ਕਰਜ਼ਾ ਚੁੱਕ ਕੇ ਤੁਸੀਂ ਆਪਣਾ ਪੈਸੇ ਤੁਸੀਂ ਪੇ ਕਰ ਰਹੇ ਹੋ, ਤਾਂ ਤੁਸੀਂ ਕਿੱਦਾਂ ਜ਼ਮੀਨ ਆਪਣੀ ਜੋ ਵੇਚ ਕੇ ਪੈਸੇ ਪੇ ਕਰ ਰਹੇ ਹੋ, ਉਹਨਾਂ ਨੂੰ ਇਸ ਚੀਜ਼ ਨਾਲ 1% ਵੀ ਮਤਲਬ ਨਹੀਂ ਹੈ। ਤੁਹਾਡਾ ਉਹਨਾਂ ਨੇ ਵੀਜ਼ਾ ਲਵਾਇਆ, ਉਹਨਾਂ ਦਾ ਲੱਖ ਤੋਂ
ਉੱਤੇ ਰੁਪਈਆ ਉਹਨਾਂ ਦੇ ਅਕਾਊਂਟ ਵਿੱਚ ਆ ਜਾਣਾ, ਭਾਵੇਂ ਉਹ ਥੋੜ੍ਹੇ ਦਿਨਾਂ ਬਾਅਦ ਆਵੇ। ਇਸ ਕਰਕੇ ਤੁਹਾਨੂੰ ਉਹ ਗਲਤ ਕੰਟਰੀ ਪ੍ਰੈਫਰ ਕਰਦੇ ਨੇ। ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ, ਜਦੋਂ ਵੀ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਤੁਸੀਂ ਸੋਸ਼ਲ ਮੀਡੀਆ 'ਤੇ ਆਪਣਾ ਵੀ ਸਰਚ ਕਰੋ ਕਿਹੜੀ ਕੰਟਰੀ ਤੁਹਾਡੇ ਵਾਸਤੇ ਬੈਸਟ ਹੈ, ਕਿੰਨੀ ਇਨਕਮ ਹੈ, ਜਿਸ ਟਾਈਮ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਉੱਥੋਂ ਦੇ ਕੀ ਹਾਲਾਤ ਨੇ, ਪੀਆਰ ਦਾ ਕੀ ਪ੍ਰੋਸੈਸ ਹੈ, ਸਿਟੀਜ਼ਨ ਦਾ ਕੀ ਪ੍ਰੋਸੈਸ ਹੈ। ਜੇ ਤੁਹਾਨੂੰ ਕੋਈ ਵੀ ਕੰਟਰੀ ਵਧੀਆ ਨਹੀਂ ਲੱਗ ਰਹੀ, ਤੁਸੀਂ ਜਿੰਨੇ ਕੁ ਪੈਸੇ ਬਾਹਰ ਜਾਣ ਵਾਸਤੇ ਤੁਸੀਂ ਆਪਣਾ ਪੇ ਕਰਨਾ ਚਾਹੁੰਦੇ ਹੋ, ਉਨੇ ਪੈਸਿਆਂ ਵਿੱਚ ਤੁਸੀਂ ਇੰਡੀਆ ਵਧੀਆ ਬਿਜ਼ਨਸ ਕਰ ਸਕਦੇ ਹੋ ਅਤੇ ਵਧੀਆ ਇਨਕਮ ਵੀ ਕਰ ਸਕਦੇ ਹੋ। ਕਿਉਂਕਿ ਜੇ ਤੁਸੀਂ 15 ਤੋਂ 20 ਲੱਖ ਰੁਪਇਆ ਲਾ ਕੇ ਜਾਂ 25 ਤੋਂ 30 ਲੱਖ ਰੁਪਇਆ ਲਾ ਕੇ ਕੈਨੇਡਾ ਵਰਗੀ ਕੰਟਰੀ ਵਿੱਚ ਤੁਸੀਂ ਜਾਂਦੇ ਹੋ, ਜੋ ਕਿ ਅੱਜ ਦੇ ਟਾਈਮ ਦੇ ਵਿੱਚ ਇੰਨਾ ਕੁ ਐਕਸਪੈਂਸਿਸ ਹੈ, ਵੀ ਉਨੇ ਪੈਸਿਆਂ ਵਿੱਚ ਜੇ ਤੁਸੀਂ ਆਪਣਾ ਬਿਜ਼ਨਸ ਰਨ ਕਰਦੇ ਹੋ ਇੰਡੀਆ ਵਿੱਚ, ਮੈਂ 100% ਲਿਖ ਕੇ ਦੇ ਸਕਦਾ ਤੁਸੀਂ ਇੰਡੀਆ ਵਿੱਚ ਜ਼ਿਆਦਾ ਖੁਸ਼ ਰਹੋਗੇ। ਇਸ ਕਰਕੇ ਤੁਹਾਨੂੰ ਪਹਿਲਾਂ ਜ਼ਰੂਰ ਡਿਸਾਈਡ ਕਰਨਾ ਚਾਹੀਦਾ ਵੀ ਜੋ ਰੀਸੈਂਟਲੀ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਉਹਨਾਂ ਵਿੱਚ ਕਿਹੜੀ ਕੰਟਰੀ ਤੁਹਾਡੇ ਵਾਸਤੇ ਬੈਸਟ ਹੈ, ਕਿਹੜੀ ਨਹੀਂ ਹੈ, ਤੁਹਾਨੂੰ ਮੂਵ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਕਿਸੇ ਦੇ ਕਹਿਣ 'ਤੇ ਕਦੀ ਤੁਸੀਂ ਆਪਣਾ ਡਿਸਾਈਡ ਨਾ ਕਰੋ, ਤੁਸੀਂ ਆਪਣੀ ਫੈਮਿਲੀ ਨਾਲ ਡਿਸਾਈਡ ਕਰੋ ਵੀ ਕਿਹੜੀ ਕੰਟਰੀ ਤੁਹਾਡੇ ਵਾਸਤੇ ਬੈਸਟ ਹੈ, ਜਿੱਥੋਂ ਕੀ ਹਾਲਾਤ ਨੇ, ਕਿਸੇ ਦੇ ਵੇਖਣ ਦੇ ਸਟੂਡੈਂਟ ਉੱਥੇ ਗਿਆ ਹੋਇਆ, ਉਹਨੇ ਗੱਡੀ ਲਈ ਹੈ, ਉਹ ਕਿੱਦਾਂ ਦੀ ਲਾਈਫ ਸਟਾਈਲ ਜੀ ਰਿਹਾ, ਉਹਦੇ ਬੇਸ 'ਤੇ ਤੁਸੀਂ ਕਦੀ ਮੂਵ ਨਾ ਹੋ। ਪਹਿਲਾਂ ਤੁਸੀਂ ਵਧੀਆ ਤਰੀਕੇ ਨਾਲ ਰੀਡ ਕਰੋ ਅਤੇ ਫਿਰ ਤੁਸੀਂ ਮੂਵ ਹੋ। ਅੱਜ ਦੀ ਵੀਡੀਓ ਇੱਕ ਛੋਟੀ ਜਿਹੀ ਇਨਫੋਰਮੇਟਿਵ ਵੀਡੀਓ ਸੀ ਉਹਨਾਂ ਲੋਕਾਂ ਵਾਸਤੇ ਜੋ ਲੋਕ ਕਿਸੇ ਦੇ ਕਹਿਣ 'ਤੇ ਕਿਸੇ ਵੀ ਕੰਟਰੀ ਵਿੱਚ ਮੂਵ ਹੋ ਜਾਂਦੇ ਨੇ। ਉਮੀਦ ਕਰਨਾ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਏਗੀ, ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।